ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ ਜੀ ਆਪਣਾ? ਚੇਤਨ। ਨਾਮ ਦੱਸੋ ਜੀ ਆਪਣਾ ਕੀ? ਚੇਤਨ ਭਾਜੀ। ਚੇਤਨ ਨਾਮ ਜੀ, ਅੱਛਾ। ਤੁਹਾਡੀ ਦੁਕਾਨ ਕਿਹੜਾ ਐਡਰੈਸ ਆ ਜੀ? ਦੁਕਾਨ ਦਾ ਨਾਮ ਕੀ ਹੈ? ਰੇਲਵੇ ਸਟੇਸ਼ਨ ਦੇ ਓਪੋਜ਼ਿਟ ਹੈ ਜੀ। ਰੇਲਵੇ ਸਟੇਸ਼ਨ ਦੇ ਓਪੋਜ਼ਿਟ। ਕੀ ਨਾਮ ਆ ਜੀ ਦੁਕਾਨ ਦਾ? ਖੁਰਾਣਾ ਸੇਲਸ। ਖੁਰਾਣਾ ਸੇਲਸ। ਇੱਥੇ ਮੈਟ ਦੇਖੋ ਜੀ ਕਿੰਨੇ ਤਰ੍ਹਾਂ ਦੇ ਪਏ ਆ। ਜੇ ਤੁਸੀਂ ਘਰਾਂ 'ਚ ਮੈਟ ਲਗਾਉਣੇ ਆ ਜਾਂ ਹੋਰ ਪਾਸੇ, ਬਾਈਆਂ ਨੂੰ ਪੁੱਛਦੇ ਆ ਰੇਟ। ਬਾਈ ਦੱਸਿਓ ਰੇਟ ਫਰਸ਼ ਵਾਲੇ ਮੈਟ ਦਾ ਕੀ ਰੇਟ ਆ ਜੀ ਇਹਦਾ? ਅੱਛਾ, ਇਹ 35 ਰੁਪਏ ਸਕੇਅਰ ਫੁੱਟ ਹੈ। ਇੱਧਰ ਆ ਜਾਓ ਮਾੜਾ ਜਿਹਾ, ਹੋਰ ਦੱਸਿਓ ਨਾਲ ਅੱਗੇ ਜਾ ਕੇ। 8 ਰੁਪਏ ਸਕੇਅਰ ਫੁੱਟ ਆ ਜੀ ਜਿਹੜਾ ਫਰਸ਼ਾਂ ਨੂੰ ਮੈਟ ਜਾਂ ਦੁਕਾਨਾਂ ਨੂੰ ਲੱਗਦਾ। ਘਰੇ ਤੁਸੀਂ ਲਾਉਣਾ, ਬਹੁਤ ਵਧੀਆ ਕੁਆਲਿਟੀ, ਰੰਗ ਵਧੀਆ ਵਧੀਆ ਦੇਖੋ। ਆਹ ਕਿੰਨਾ ਜੀ? 12 ਰੁਪਏ ਸਕੇਅਰ ਫੁੱਟ। ਠੀਕ ਆ ਜੀ। ਆਹ ਜਿਹੜੇ ਆਪਾਂ ਟੈਂਟਾਂ ਵਾਲੇ ਮੈਟ ਜਾਂ ਘਰਾਂ 'ਚ ਤੁਸੀਂ ਲਗਾਉਣੇ ਆ, ਇਹਨਾਂ ਦਾ ਰੇਟ ਦੱਸਿਓ ਬਾਈ। ਆਹ ਕੀ ਰੇਟ ਦਾ? ਇਹ ਭਾਜੀ 12 ਰੁਪਏ ਸਕੇਅਰ ਫੁੱਟ ਜਾਂਦਾ ਹੈਗਾ। 12 ਰੁਪਏ ਸਕੇਅਰ ਫੁੱਟ ਇਹ ਵਾਲਾ ਜੀ। ਆਹ ਦੇਖੋ ਆਪਾਂ ਜੇ ਘਰਾਂ 'ਚ ਵਧੀਆ ਮੈਟ ਲਗਾਉਣੇ ਆ ਫੁੱਲਾਂ ਵਾਲੇ, ਇਹਦਾ ਕੀ ਹੈ ਜੀ? ਇਹ 50 ਰੁਪਏ ਸਕੇਅਰ ਫੁੱਟ ਹੈ ਜੀ। ਆਹ ਦੇਖੋ ਬਾਈਆਂ ਕੋਲ ਹੋਲਸੇਲ ਦਾ ਕੰਮ ਆ। ਜੇ ਤੁਸੀਂ ਕਿਸੇ ਸ਼ੋਪ ਤੁਹਾਡੀ ਆਪਾਂ ਨਿਊ ਓਪਨ ਕਰਨੀ ਹੈ ਤਾਂ ਬਾਈ ਹੋਣੀ ਡਿਸਕਾਊਂਟ ਕਰ ਦੇਣਗੇ ਤੁਹਾਨੂੰ ਵੱਧ ਤੋਂ ਵੱਧ। ਮਾਲ ਪਹੁੰਚਾ ਵੀ ਦਿੰਦੇ ਆ ਤੁਸੀਂ? ਮਾਲ ਸ਼ੋਪ ਹੋਵੇ ਆਪਣੀ। ਠੀਕ ਆ ਜੀ। ਆਹ ਦੇਖੋ ਜੀ ਮੈਟ। ਆ ਇਹ ਦਲੀਚਾ ਹੁੰਦਾ ਜੀ ਫਰਸ਼ ਵਾਲਾ, ਇਹ ਕਿੰਨੇ ਦਾ ਜੀ? ਇਹ 5000 ਰੁਪਏ ਦਾ ਪੀਸ। ਠੀਕ ਆ ਜੀ। ਬਾਕੀ ਬਾਈਆਂ ਦਾ ਐਡਰੈਸ ਔਰ ਫੋਨ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ। ਇਹ ਘੰਟਾ ਘਰ ਦੇ ਨਾਲੇ ਜੀ, ਘੰਟਾ ਘਰ ਦੇ ਰੇਲਵੇ ਸਟੇਸ਼ਨ ਦੇ ਆਪੋਜ਼ਿਟ ਆ ਜੀ ਸਿੱਧੀ ਦੁਕਾਨ। ਤੁਸੀਂ ਹੋਲਸੇਲ ਦਾ ਆਪਣਾ ਸਮਾਨ ਚੱਕ ਸਕਦੇ ਆ। ਮੈਟ ਹੀ ਮੈਟ ਦੇਖੋ ਜੀ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।